ਬਰਾਤ ਵਾਲੀ ਕਾਰ ਦਾ ਭਿਆਨਕ ਸੜਕੀ ਹਾਦਸਾ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਦੱਸਦੇ ਕਿ ਅੱਗੇ ਜਾ ਰਹੇ ਟਰੱਕ ਨੇ ਬ੍ਰੇਕ ਮਾਰੀ ਤਾਂ ਪਿੱਛੋਂ ਬਰਾਤ ਵਾਲੀ ਕਾਰ ਇਸ ਟਰੱਕ ਦੇ ਵਿੱਚ ਵੱਜੀ। ਇਸ ਕਾਰ ਦੇ ਵਿੱਚ ਲਾੜੇ ਦਾ ਭਰਾ, ਜਿਸ ਦਾ ਵਿਆਹ ਹਾਲੇ 2 ਦਿਨ ਪਹਿਲਾਂ ਹੋਇਆ ਸੀ, ਔਰ ਲਾੜੇ ਦਾ ਪਿਤਾ ਸਮੇਤ 3 ਜਾਣੇ ਹੋਰ ਲੋਕ ਸਵਾਰ ਸੀ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਦੱਸਦੇ ਕਿ ਅੱਜ ਲਾੜੇ ਦਾ ਵਿਆਹ ਸੀ ਔਰ 2 ਦਿਨ ਪਹਿਲਾਂ ਉਸਦੇ ਵੱਡੇ ਭਰਾ ਦਾ ਵੀ ਵਿਆਹ ਸੀ, ਔਰ ਉਹੀ ਭਰਾ ਜਿਹੜਾ ਇਸ ਕਾਰ ਦੇ ਵਿੱਚ ਬੈਠਾ ਹੋਇਆ ਸੀ। ਤਾਂ ਬਰਾਤ ਮਾਛੀਵਾੜੇ ਗਈ, ਵਾਪਸੀ ਸਮੇਂ ਇਹ ਭਿਆਨਕ ਹਾਦਸਾ ਹੋਇਆ। ਡੋਲੀ ਵਾਲੀ ਕਾਰ ਤਾਂ ਘਰ ਪਹੁੰਚ ਗਈ, ਪਰ ਇਹ ਕਾਰ ਜਿਸ ਤੇ ਫੁਲਕਾਰੀ ਲੱਗੀ ਹੋਈ ਸੀ, ਡੋਲੀ ਵਾਲੀ ਕਾਰ ਦੇ ਪਿੱਛੇ ਪਿੱਛੇ ਆ ਰਹੀ ਸੀ, ਤਾਂ ਅਚਾਨਕ ਟਰੱਕ ਦੇ ਵਿੱਚ ਵੱਜੀ, ਜਿਸ ਦੇ ਨਾਲ ਭਿਆਨਕ ਹਾਦਸਾ ਹੋਇਆ। ਇਹ ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ। ਦੱਸਦੇ ਕਿ ਕੁੱਲ 5 ਜਾਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਬਰਾਤ ਮੁੜਦੇ ਸਮੇਂ ਇਹ ਭਿਆਨਕ ਹਾਦਸਾ ਹੋਇਆ, ਜਿਸ ਦੇ ਵਿੱਚ ਸੱਟਾਂ ਵੱਜੀਆਂ ਨੇ। ਹਾਲੇ 2 ਦਿਨ ਪਹਿਲਾਂ ਹੀ ਲਾੜੇ ਦੇ ਭਰਾ ਦਾ ਵਿਆਹ ਸੀ, ਉਹ ਵੀ ਇਸ ਕਾਰ ਦੇ ਵਿੱਚ ਸਵਾਰ ਸੀ, ਜੋ ਹਾਦਸਾਗ੍ਰਸਤ ਹੋ ਗਈ। ਤਾਂ ਦੱਸਦੇ ਕਿ ਟਰੱਕ ਦੀਆਂ ਬ੍ਰੇਕਾਂ ਲੱਗੀਆਂ ਤਾਂ ਪਿੱਛੋਂ ਆ ਰਹੀ ਬਰਾਤ ਵਾਲੀ ਕਾਰ ਇਸ ਟਰੱਕ ਦੇ ਵਿੱਚ ਵੱਜੀ, ਜਿਸ ਤੋਂ ਬਾਅਦ 5 ਜਾਣੇ ਬਰਾਤੀ ਨੇ ਜਿਹੜੇ ਉਹ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਤਾ ਨਹੀਂ ਲੱਗੇ ਜੀ ਟਰੱਕ ਵਾਲੇ ਨੇ ਮਾਰਿਆ। ਅਸੀਂ ਗੱਡੀ 'ਚ ਸੀਗੇ ਜੀ। ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਆ ਰਹੇ ਸੀ ਮਾਛੀਵਾੜੇ ਸਾਹਿਬ ਤੋਂ ਵਿਆਹ ਕਰਕੇ ਆਪਣੇ ਮੁੰਡੇ ਦਾ ਜੀ। ਅੱਛਾ, ਹਾਂਜੀ, ਠੀਕ ਹੈ। ਅਤੇ ਕਿੰਨੇ ਜਾਣਿਆਂ ਦੇ ਸੱਟਾਂ ਲੱਗੀਆਂ? ਅਸੀਂ 5 ਜਣੇ ਸੀ, 5 ਜਣੇ ਮੁੰਡੇ ਨੂੰ ਵੱਧ ਸੱਟਾਂ ਲੱਗੀਆਂ ਨੇ। ਅੱਛਾ, ਹਾਂਜੀ। ਕਿਹੜੇ ਜਿਹੜਾ ਕਿਹੜੇ ਮੁੰਡੇ ਨੂੰ ਸੱਟਾਂ ਜ਼ਿਆਦਾ ਲੱਗੀਆਂ? ਬੜੇ ਮੁੰਡੇ ਨੂੰ ਜੀ, ਜਿਹਦਾ ਵਿਆਹ ਹੋਇਆ। ਹਾਂ ਜੀ, ਪਰਸੋਂ ਵਿਆਹ ਹੋਇਆ ਉਹਦਾ, ਛੋਟੇ ਦਾ ਵਿਆਹ ਅੱਜ ਹੋਇਆ ਸੀਗਾ। ਠੀਕ ਨੇ ਸਾਰੇ ਬੰਦੇ? ਬਸ ਨਹੀਂ, ਤੇ ਸੱਟਾਂ ਤਾਂ ਮੇਰੇ ਬੜੇ ਮੁੰਡੇ ਦਾ ਜ਼ਿਆਦਾ ਲੱਗਿਆ ਹੋਇਆ ਜੀ, ਬਾਕੀ ਠੀਕ ਠੀਕ ਨੇ, ਮੇਰੀ ਬੱਕੀ 'ਚ ਲੱਗੀ ਹੋਈ ਪੂਰੀ। ਹਾਂ ਜੀ, ਹਾਂ ਜੀ, ਅੱਜ ਛੋਟੇ ਮੁੰਡੇ ਦਾ ਸੀ ਜੀ। ਅੱਛਾ, ਹਾਂ ਜੀ, ਦੂਜੇ ਬੇਟੇ ਦਾ ਅੱਜ ਵਿਆਹ ਸੀ। ਹਾਂ ਜੀ, ਠੀਕ ਹੈ। ਤੇ ਉਧਰ ਠੀਕ ਨੇ ਵੈਸੇ ਜਾਂ ਸੱਟਾਂ ਸੁੱਟਾਂ ਤੋਂ ਇਲਾਵਾ ਕੋਈ ਚਿੰਤਾ ਵਾਲੀ ਗੱਲ? ਸੱਟਾਂ ਸੁੱਟਾਂ ਗੱਲ ਹੈ। ਤੇ ਬੱਚਾ ਵੀ ਸੀ? ਹਾਂ ਜੀ, ਬਾਹ ਉਤਰ ਗਈ ਮੁੰਡੇ ਦੀ, ਬੜੇ ਮੁੰਡੇ ਦੀ। ਹਾਂ ਜੀ, ਕੁਛ ਪਤਾ ਹੈ ਵੀ ਕਿੱਦਾਂ ਹੋਇਆ? ਕੁਛ ਨਹੀਂ ਪਤਾ ਲੱਗਿਆ ਜੀ, ਸਾਡੀ ਤਾਂ ਅੱਖ ਹੀ ਬੰਦ ਹੋ ਗਈ। ਇਹ ਪੈਰਾ ਸੋ ਕੀ ਕਹਿੰਦਾ, ਖੁੱਲਿਆ ਜਾਂ ਦੇਰ ਪੈ ਗਿਆ, ਗੱਡੀ ਸਾਰੀ ਬੰਨੀ ਗਈ। ਬਰਾਤ ਆ ਰਹੀ ਸੀ ਜੀ ਵਾਪਸ ਉੱਥੋਂ ਆਪਣੇ ਮਾਛੀਵਾੜਾ ਸਾਹਿਬ ਤੋਂ, ਅਤੇ ਕਪੂਰ ਪੈਲਸ ਬਰਾਤ ਗਏ ਸੀ। ਇੱਕ ਲੜਕੇ ਦਾ ਪਰਸੋਂ ਵਿਆਹ ਹੋਇਆ ਸੀ, ਦੂਜੇ ਦਾ ਅੱਜ ਵਿਆਹ ਸੀਗਾ। ਸਾਰੀ ਬਰਾਤ ਵਾਪਸ ਆ ਚੁੱਕੀ ਸੀਗੀ, ਸਮਝ ਲਓ ਜਿਵੇਂ ਡੋਲੀ ਕਦੇ ਘਰੋਂ ਵਿਦਾ ਕਰਨੀ ਹੈ। ਲੜਕੇ ਦੇ ਫਾਦਰ ਅਤੇ ਜਿਹਦਾ ਪਰਸੋਂ ਵਿਆਹ ਸੀ ਉਹ ਬ੍ਰਦਰ, ਅਤੇ ਲਾੜਾ ਲਾੜੀ ਨੂੰ ਡੋਲੀ ਵਿਦਾ ਕਰਾ ਰਹੇ ਸੀ, ਬਾਕੀ ਵਾਪਸ ਆ ਗਏ। ਇਹ ਪਿੱਛੋਂ ਆ ਰਹੇ ਸੀ, ਲੜਕੇ ਦੀ ਗੱਡੀ ਘਰ ਪਹੁੰਚੀ ਹੈ, ਜਦੋਂ ਪਤਾ ਲੱਗਿਆ ਕਿ ਪਿੱਛੋਂ ਐਕਸੀਡੈਂਟ ਹੋ ਗਿਆ। ਗੱਡੀ ਦੇ ਵਿੱਚ 5 ਜਣੇ ਸੀ ਅਤੇ 5 ਫੱਟੜ ਸੀ, ਹੋਸਪਿਟਲ ਆ ਕੇ ਦੇਖਿਆ ਤਾਂ ਉਹਨਾਂ ਦੇ ਫ੍ਰੈਕਚਰ ਹੋ ਗਏ। ਹਾਂਜੀ, ਇੱਕ ਦਾ ਅੱਜ ਵਿਆਹ ਹੋਇਆ, ਉਹ ਠੀਕ ਠਾਕ ਨੇ, ਉਹ ਤਾਂ ਆਪਣਾ ਘਰ ਪਹੁੰਚ ਗਏ। ਇਹਨਾਂ ਦੀ ਹਾਲਤ ਕਿਵੇਂ ਹੈ? ਠੀਕ ਹੈ, ਹੁਣ ਫ੍ਰੈਕਚਰ ਹੈ, ਬਾਕੀ ਹੁਣ ਰਿਪੋਰਟਸ 'ਤੇ ਪਤਾ ਲੱਗੇਗਾ ਜੀ। ਬੱਚਾ ਵਗੈਰਾ ਵੀ ਸੀ ਵਿੱਚ? ਬੱਚਾ ਇਹੀ 14-15 ਸਾਲ ਦਾ ਇੱਕ ਬੱਚਾ ਹੈ, ਲੜਕਾ ਹੈ, ਸਾਰੇ ਜੈਂਟਸ ਹੈ। ਕੀ ਲੱਗਦਾ, ਕੀ ਗਲਤੀ ਕੀ ਲੱਗਦੀ ਹੈ? ਗਲਤੀ ਇਹ ਹੈ ਜੀ, ਕਹਿੰਦੇ ਟਰੱਕ ਨੇ ਇੱਕ ਲਖਤ ਬ੍ਰੇਕ ਮਾਰੀ ਹੈ ਅਤੇ ਪਿੱਛੇ ਗੱਡੀ ਆ ਰਹੀ ਸੀ। ਅੱਛਾ, ਆਮੋ ਸਾਹਮਣੇ ਟੱਕਰ ਹੋਈ ਹੈ? ਹੁਣ ਇਹ ਤਾਂ ਮੌਕੇ 'ਤੇ ਜਾ ਕੇ ਪਤਾ ਲੱਗੂਗਾ ਜੀ, ਮੈਂ ਵੀ ਨਹੀਂ ਮੌਕੇ 'ਤੇ ਪਹੁੰਚਿਆ ਹੈਗਾ ਜੀ।